ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸ਼ਰਨਜੀਤ ਸਾਈ ਬੋਲ ਰਿਹਾ ਤੇ ਤੁਸੀਂ ਸ਼ੇਅਰ ਕਰ ਰਹੇ ਹੋ desitings.com other.com with youtube.com. ਅੱਜ ਦਾ ਸੌਂਗ ਬਿਲਕੁਲ ਨਿਊ ਕਨਸੈਪਟ, ਬਿਲਕੁਲ ਯੂਨੀਕ ਆਈਡੀਆ। ਹੁੰਦਾ ਕੀ ਹੈ ਕਿ ਇੱਕ ਪੇਂਡੂ ਜੇ ਜੱਟ ਦਾ ਵੀਜ਼ਾ ਲੱਗ ਜਾਂਦਾ ਹੈ, ਪਹਿਲੀ ਪਹਿਲੀ ਵਾਰ ਜੱਟ ਜਹਾਜ਼ ਚੜਿਆ ਹੁੰਦਾ ਹੈ, ਅੱਗੇ ਅੱਗੇ ਉਹ ਜਹਾਜ਼ ਚ ਕੀ ਕਾਰਨਾਮੇ ਕਰਦਾ ਹੈ। ਇੰਜੋਏ ਦਿਸ ਸੌਂਗ। ਇੱਕ ਪਹਿਲੀ ਵਾਰੀ ਜੱਟ ਸੀ ਜਹਾਜ਼ ਚੜਿਆ, ਇੱਕ ਬੋਤਲ ਤੇ ਕੁੱਕੜ ਆਰਡਰ ਕਰਿਆ। ਇੱਕ ਪਹਿਲੀ ਵਾਰੀ ਜੱਟ ਸੀ ਜਹਾਜ਼ ਚੜਿਆ, ਇੱਕ ਬੋਤਲ ਤੇ ਚਿਕਨ ਆਰਡਰ ਕਰਿਆ। ਜੱਟ ਪੇਂਡੂ ਜੇ ਸਟਾਈਲ ਚ ਕੁੱਕੜ ਕੁੱਕੜ ਕਰੀ ਜਾਂਦਾ, ਏਅਰ ਹੋਸਟਸ ਨੂੰ ਕੁਝ ਸਮਝ ਨਹੀਂ ਆਉਂਦੀ। ਏਅਰ ਹੋਸਟਸ ਨੂੰ ਸਮਝ ਆਈ ਨਾ, ਬੜਾ ਚਿਰ ਹੋ ਗਿਆ ਉਹ ਕੁਝ ਲਿਆਈ ਨਾ। ਅੱਕ ਕੇ ਜੱਟ ਉੱਠ ਕੇ ਕਹਿੰਦਾ, ਬੋਤਲ ਪਿਆ ਦੇ ਮੈਨੂੰ, ਕੁੱਕੜ ਲਿਆ ਦੇ ਮੈਨੂੰ, ਜੇ ਨੀ ਕੁਝ ਹੈਗਾ ਇੰਜ ਕਰ ਤਾਕੀ ਖੋ ਥੱਲੇ ਲਾ ਦੇ ਮੈਨੂੰ। ਹੌਲੀ ਹੌਲੀ ਜੱਟ ਗਰਮਾਈ ਖਾ ਗਿਆ, ਸੱਚੀ ਮੁੱਚੀ ਰੰਗ ਪੇਂਡੂ ਸੀ ਵਿਖਾ ਗਿਆ। ਜਦੋਂ ਕਾਫੀ ਟਾਈਮ ਹੋ ਜਾਂਦਾ, ਏਅਰ ਹੋਸਟੈਸ ਕੁਝ ਖਾਣ ਪੀਣ ਨੂੰ ਨਹੀਂ ਲੈ ਕੇ ਆਉਂਦੀ, ਤਾਂ ਜੱਟ ਗੁੱਸੇ ਚ ਆ ਜਾਂਦਾ ਤੇ ਜਹਾਜ਼ ਵਾਲਿਆਂ ਨੂੰ ਗਾਲਾਂ ਕੱਢਣ ਲੱਗ ਜਾਂਦਾ। ਪਰ ਏਅਰ ਹੋਸਟੈਸ ਵੀ ਕੀ ਕਰਦੀਆਂ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਜੱਟ ਮੰਗ ਕੀ ਰਿਹਾ। ਪਰ ਜੱਟ ਆਪਣੀਆਂ ਛੱਡ ਰਿਹਾ ਹੁੰਦਾ ਗਾ। ਫਿਰਦੇ ਉਹ ਬਣੇ ਕੀ ਜਹਾਜ਼ ਵਾਲੇ, ਪੈਸੇ ਮੋੜੋ ਮੇਰੇ ਕੱਢੋ ਛੇਤੀ ਸਾਲਿਓ, ਉਹ ਪੈਸੇ ਮੋੜੋ ਮੇਰੇ ਛੇਤੀ ਕੱਢੋ ਸਾਲਿਓ। ਅਜੇ ਤਾਂ ਪੀਤੀ ਵੀ ਨਹੀਂ ਸੀ ਐਵੇਂ ਬੁੱਕ ਲਿਆ, ਸੋਫੀ ਨੇ ਜਹਾਜ਼ ਸਿਰੇ ਉੱਤੇ ਚੁੱਕ ਲਿਆ। ਬਸ ਫੇਰ ਕੀ ਸੀ, ਏਅਰ ਹੋਸਟਸ ਜਿੰਨੀਆਂ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਹੁੰਦੀਆਂ ਜੱਟ ਦੇ ਮੂਹਰੇ ਲਿਆ ਕੇ ਟਿਕਾ ਦਿੰਦੀਆਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਦਿਹਾਤੀ ਹੈਗਾ ਹੋਰੂ ਪਾਦੂਗਾ। ਜੱਟ ਵੀ ਉਹਦੇ ਵਿੱਚੋਂ ਬੋਤਲ ਤੇ ਮੀਟ ਚੱਕ ਲੈਂਦਾ ਤੇ ਬਾਕੀ ਕਹਿੰਦਾ ਚੱਕ ਲਓ ਮੈਨੂੰ ਨਹੀਂ ਚਾਹੀਦਾ ਕੁਝ। ਬੋਤਲ ਤਾਂ ਜੱਟ ਉਦੋਂ ਹੀ ਖਿੱਚ ਜਾਂਦਾ, ਮੀਟ ਖਾਂਦਾ ਪਿਆ ਹੁੰਦਾ ਹੈਗਾ, ਇਹਨੇ ਨੂੰ ਏਅਰ ਹੋਸਟਸ ਹੋਰ ਬੋਤਲ ਲੈ ਕੇ ਆ ਜਾਂਦੀ ਹੈ ਵੀ ਕਿਤੇ ਜੱਟ ਫੇਰ ਨਾ ਰੌਲਾ ਪਾ ਕੇ ਬਹਿ ਜਾਏ। ਜੱਟ ਪਹਿਲਾਂ ਹੀ ਟਾਇਟ ਹੋਇਆ ਪਿਆ ਹੁੰਦਾ ਹੈਗਾ, ਏਅਰ ਹੋਸਟਸ ਜੱਟ ਨੂੰ ਆ ਕੇ ਕਹਿੰਦੀ ਹੈ ਵਨ ਮੋਰ ਸਰ, ਤੇ ਜੱਟ ਕਹਿੰਦਾ ਕਾਹਦਾ ਮੋਰ ਨਾਲੇ ਹੋਰ ਜੱਟ, ਪਹਿਲਾਂ ਹੀ ਕਲੈਰੀ ਮੋਰ ਫਿਰੇ ਬਣਿਆ, ਆਊਟ ਹੋ ਕੇ ਤੈਨੂੰ ਜੇ ਮੈਂ ਕਹਿੰਦਾ ਵੱਧ ਘੱਟ ਨੀ, ਐਵੇਂ ਫੇਰ ਵੀ ਬਣੀ ਤੂੰ ਗਰਮੈਸ਼ਾਂ ਕਰੇਗੀ, ਨੀ ਤੂੰ ਪਿੰਡ ਚੱਲ ਮੇਰੇ ਨਾਲ ਐਸ਼ਾਂ ਕਰੇਗੀ, ਨੀ ਤੂੰ ਮੇਰੇ ਨਾਲ ਪਿੰਡ ਚੱਲ ਐਸ਼ਾਂ ਕਰੇਗੀ। ਸਾਢੇ ਤਿੰਨ ਕਿੱਲੇ ਆਉਂਦੀ ਪੈਲੀ ਜੱਟ ਨੂੰ, ਨੀ ਮੈਂ ਨਲਕੇ ਤੇ ਮੋਟਰ ਲਵਾ ਦੂੰ ਬੱਲੀਏ, ਘਰ ਬਾਰ ਖੁੱਲਾ ਤਿੰਨ ਕਮਰੇ ਬਰਾਂਡਾ ਮੂਰੇ, ਤੇਰੇ ਜਵਾਰਾਂ ਇੱਕ ਪਾ ਦੂੰ ਬੱਲੀਏ, ਟੀਵੀ ਤਾਂ ਪਹਿਲਾਂ ਹੀ ਹੈਗਾ ਫਰਿੱਜ ਵੀ ਹੈਗੀ ਹੈ, ਲੀੜੇ ਧੋਣ ਨੂੰ ਮਸ਼ੀਨ ਵੀ ਲਿਆ ਦੂੰ ਬੱਲੀਏ। ਆ ਕੀ ਪਾਈ ਫਿਰਦੀਆਂ ਜੱਟ ਤੈਨੂੰ ਸੂਟ, ਮਹਿੰਗੇ ਮਹਿੰਗੇ 25 ਸਵਾ ਦੂੰ ਬੱਲੀਏ, ਹੋਰ ਵੀ ਜੋ ਆਖੇਗੀ ਲਿਆ ਦੂੰ ਬੱਲੀਏ, ਨੀ ਤੂੰ ਜੋ ਜੋ ਮੈਨੂੰ ਫਿਰ ਫਰਮੈਸ਼ਾਂ ਕਰੇਗੀ, ਨੀ ਤੂੰ ਮੇਰੇ ਨਾਲ ਪਿੰਡ ਚੱਲ ਐਸ਼ਾਂ ਕਰੇਗੀ, ਨੀ ਤੂੰ ਮੇਰੇ ਨਾਲ ਪਿੰਡ ਚੱਲ ਐਸ਼ਾਂ ਕਰੇਗੀ। ਓਕੇ ਫਰੈਂਡਸ, ਜੇ ਤੁਹਾਨੂੰ ਸਾਡਾ ਇਹ ਸੌਂਗ ਪਸੰਦ ਆਇਆ ਪਲੀਜ਼ ਕਮੈਂਟ ਹੇਅਰ।